ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 10 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 10 ਦਸੰਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੈਸਟ ਪੋਇਟ ਐਂਡ ਰਾਈਟਰ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਵੈਸਟ ਪੋਇਟ ਐਂਡ ਵੈਸਟ ਰਾਈਟਰ ਵਜੋਂ ਸਨਮਾਨਿਤ ਕੀਤਾ ਗਿਆ ਗੁਰਚਰਨ ਕੌਰ ਨੂੰ অপশন ਨੰਬਰ এ ਇਜ਼ ਅ রাইਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਗੁਰਚਰਨ ਕੌਰ 15 ਦਸੰਬਰ ਨੂੰ ਦੁਬਈ ਵਿੱਚ ਕਰਵਾਏ ਜਾ ਰਹੇ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੀ ਸਕੱਤਰ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਤੇ ਸਾਹਿਤਕ ਸੰਸਥਾ ਸਿਰਜਣ ਹਾਰਦ ਦੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸੀਨੀਅਰ ਉਪ ਪ੍ਰਧਾਨ ਪ੍ਰਸਿੱਧ ਸਾਇਰ ਡਾਕਟਰ ਗੁਰਚਰਨ ਕੌਰ ਕੋਚਰ ਨੂੰ ਉਹਨਾਂ ਵੱਲੋਂ ਲਿਖੇ ਗਏ ਗੀਤ ਚਾਨਣ ਭਰ ਦੇਾਂਗੇ ਸਦਕਾ ਪੀਫ ਸਟਾਰ ਅਵਾਰਡ 2023 ਤਹਿਤ ਬੈਸਟ ਪੋਇਟ ਐਂਡ ਵੈਸਟ ਰਾਈਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੁਹਾਨੂੰ ਇਹ ਵੀ ਆ ਸਕਦਾ ਹੈ ਕਿ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਕਿੱਥੇ ਹੋਇਆ ਦੁਬਈ ਦੇ ਵਿੱਚ ਹੋਇਆ ਠੀਕ ਹੈ ਕਿਸੇ ਵੀ ਤਰ੍ਹਾਂ ਗੋਸ਼ਨ ਕੁਮਾਫਰਾ ਕੇ ਆ ਸਕਦਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਐਲਾਨ ਮਸਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਲਾਂਚ ਕੀਤਾ ਉਸ ਦਾ ਨਾਮ ਕੀ ਹੈ ਹਾਂਜੀ ਐਲਾਨ ਮਸਕ ਟਵਿੱਟਰ ਦੇ ਸੀਈਓ ਹੈ ਤੇ ਇਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਲਾਂਚ ਕੀਤਾ ਜਿਸ ਦਾ ਨਾਮ ਆ ਗਰੌਕ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕੌਣ ਕੇਂਦਰੀ ਖੇਤੀਬਾੜੀ ਮੰਤਰੀ ਬਣੇ ਹਨ ਹਾਂਜੀ ਕੇਂਦਰੀ ਖੇਤੀਬਾੜੀ ਮੰਤਰੀ ਪਹਿਲਾਂ ਕੌਣ ਸੀਗੇ ਨਰਿੰਦਰ ਸਿੰਘ ਤੋਮਰ ਤੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਇਹ ਗੁਜਰਾਤ ਵਿਧਾਨ ਸਭਾ ਦੇ ਵਿੱਚ ਸ਼ਾਮਿਲ ਹੋ ਗਏ ਆ ਤੇ ਇਸ ਕਰਕੇ ਇਹਨਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇੋਂ ਆਉਂਦੇ ਤੋਂ ਅਸਤੀਫਾ ਦਿੱਤਾ ਵਾ ਤੇ ਕੇਂਦਰੀ ਖੇਤੀਬਾੜੀ ਮੰਤਰੀ ਹੁਣ ਬਣੇ ਆ ਅਰਜੁਨ ਮੁੰਡਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਆ ਜੀ ਕੇਸ ਨੂੰ ਹਾਲ ਹੀ ਵਿੱਚ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਫੁੱਲ ਟਾਈਮ ਕਪਤਾਨ ਚੁਣਿਆ ਗਿਆ ਹਾਂਜੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਦੀ ਫੁੱਲ ਟਾਈਮ ਕਪਤਾਨ ਚੁਣਿਆ ਗਿਆ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਅਲੀਸ਼ਾ ਹੈਲੀ ਨੂੰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਲੀਸ਼ਾ ਹੈਲੀ ਨੂੰ ਸਾਰੇ ਫਾਰਮੈਟਾਂ ਵਿੱਚ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਫੁੱਲ ਟਾਈਮ ਕਪਤਾਨ ਚੁਣਿਆ ਗਿਆ ਹੈਲੀ ਇਹਨਾਂ ਨੇ ਜੂਨ ਤੋਂ ਇੰਗਲੈਂਡ ਆਇਰਲੈਂਡ ਅਤੇ ਵੈਸਟ ਇੰਡੀਜ਼ ਖਿਲਾਫ ਸੀਰੀਜ਼ ਆਸਟ੍ਰੇਲੀਆ ਦੀ ਅਗਵਾਈ ਕੀਤੀ ਹੈ ਤੇ ਹੁਣ ਮੈਗ ਲਰਨਿੰਗ ਦੀ ਜਗ੍ਹਾ ਲਿੱਤੀ ਆ ਜਿਨ੍ਹਾਂ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸન્યાਸ ਲਿਆ ਕਿੰਨਾਂ ਨੇ ਮੈਗ ਲਰਨਿੰਗ ਨੇ ਕਿਹਦੇ ਤੋਂ ਸન્યાਸ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਬੋਦੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਬੋਦੀ ਦਿਵਸ ਬੋਦੀ ਦਿਵਸ ਜਿਹੜਾ ਇਹ ਹਰੇਕ ਸਾਲ 8 ਦਸੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਗੌਤਮ ਬੁੱਧ ਅਤੇ ਉਹਨਾਂ ਦੇ ਉਪਦੇਸ਼ਾਂ ਦਾ ਸਨਮਾਨ ਕਰਨ ਦੇ ਲਈ ਇਹ ਦਿਵਸ ਆ ਜਿਹੜਾ 8 ਦਸੰਬਰ ਨੂੰ ਮਨਾਇਆ ਜਾਂਦਾ ਹੁਣ ਅਸੀਂ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਕੀਤੀ ਆ ਤਾਂ 1 ਦਸੰਬਰ ਨੂੰ ਵਿਸ਼ਵ ਐਡਜ਼ ਦਿਵਸ ਮਨਾਇਆ ਗਿਆ BSF ਦਾ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਨਿਰੰਤਰਣ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ੇ ਮਿੱਟੀ ਦਿਵਸ ਬਣਾਇਆ ਗਿਆ ਰਾਸ਼ਟਰੀ ਬਲੰਟੀਅਰ ਦਿਵਸ ਬਣਾਇਆ ਗਿਆ 6 ਦਸੰਬਰ ਨੂੰ ਮਹਾ ਪਰਨਿਰਵਾਣ ਦਿਵਸ ਬਣਾਇਆ ਗਿਆ 7 ਦਸੰਬਰ ਨੂੰ ਹਥਿਆਰ ਬੰਦ ਸੈਨਾ ਝੰਡਾ ਦਿਵਸ ਅੰਤਰਰਾਸ਼ਟਰੀ ਸਹਿਰੀ ਹਵਾਵਾਜੀ ਦਿਵਸ ਬਣਾਇਆ ਗਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਜਹੂਦੀ ਤਿਹਾਰ ਹਨੂਕਾ ਦਾ ਜਸ਼ਨ ਕਦੋਂ ਸ਼ੁਰੂ ਹੋਇਆ ਹਾਂਜੀ ਜਹੂਦੀ ਤਿਹਾਰ ਜਿਸ ਦਾ ਨਾਮ ਆ ਹਨੂਕਾ ਇਸ ਦਾ ਜਿਹੜਾ ਜਸ਼ਨ ਆ ਉਹ ਕਦੋਂ ਸ਼ੁਰੂ ਹੋਇਆ 7 ਦਸੰਬਰ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਸ਼ਨ ਹੈ ਕਿਸ ਨੂੰ ਹਾਲ ਹੀ ਵਿੱਚ ਮੈਕਸ ਲਾਈਫ ਇੰਸ਼ੋਰੈਂਸ ਦਾ ਚੇਅਰਮੈਨ ਚੁਣਿਆ ਗਿਆ ਮੈਕਸ ਲਾਈਫ ਇੰਸ਼ੋਰੈਂਸ ਇਸ ਦੇ ਚੇਅਰਮੈਨ ਚੁਣੇ ਗਏ ਆ ਰਾਜੀਵ ਆਨੰਦ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਈਓ ਵਜੋਂ ਦੁਬਾਰਾ ਚੁਣਿਆ ਗਿਆ ਸैम ਆਲਟਮੈਨ ਰੂਰਲ ਮਾਰਕੀਟਿੰਗ ਐਸੋਸੀਏਸ਼ਨ ਆਫ ਇੰਡੀਆ ਨੇ ਪੁਨੀਤ ਵਿਦਿਆਰਥੀ ਨੂੰ ਪ੍ਰਧਾਨ ਚੁਣਿਆ ਆਨੰਦ ਮਹਿੰਦਰਾ ਨੂੰ ਮੂਵਈ ਉਤਸਵ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਜਸਟਿਸ ਵਿਵੇਕ ਚੌਧਰੀ ਨੇ ਪਟਨਾ ਹਾਈ ਕੋਰਟ ਦੇ ਜੱਜ ਵਜੋਂ ਸੌ ਚੁੱਕੇ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜੈਪੁਰ ਵੈਕਸ ਮਿਊਜ਼ੀਅਮ ਵਿੱਚ ਕਿਸ ਦਾ ਮੋਮ ਦਾ ਬੁੱਤ ਲਗਾਇਆ ਗਿਆ ਹਾਂਜੀ ਜੈਪੁਰ ਦੇ ਵੈਕਸ ਮਿਊਜ਼ੀਅਮ ਜਿਹੜਾ ਜੈਪੁਰ ਦਾ ਜੈਪੁਰ ਦੇ ਵਿੱਚ ਨਾ ਇੱਕ ਨਾਹਰਗੜ੍ਹ ਕਿਲੇ ਦੇ ਵਿੱਚ ਵੈਕਸ ਮਿਊਜ਼ੀਅਮ ਆ ਤੇ ਇੱਥੇ ਮੂਮ ਦਾ ਬੁੱਤ ਲਗਾਇਆ ਗਿਆ ਵਾ ਵੈਕਸ ਦਾ ਸਟੈਚੂ ਇਹ ਲਗਾਇਆ ਗਿਆ ਵਾ ਡਾਕਟਰ ਬੀ ਆਰ ਅੰਬੇਡਕਰ ਦਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜਾਰੀ ਕੀਤੀ ਏਟੀਪ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ ਏਟੀਪ ਏਟੀਪ ਜਾਨੀ ਕਿ ਐਸੋਸੀਏਸ਼ਨ ਆਫ ਟੈਨਿਸ ਪ੍ਰੋਫੈਸ਼ਨਲ ਜੇਕਰ ਤੁਹਾਨੂੰ ਇਹ ਫੁੱਲ ਫਾਰਮ ਪਤਾ ਨਾ association of tennis professional ਜੇਕਰ ਇਹ एग्जाम ਦੇ ਵਿੱਚ ਆ ਜੇ ਤਾਂ ਤੁਸੀਂ ਸੋਚ ਸਕਦੇ ਹੋ ਟੈਨਿਸ ਦੇ ਖਿਡਾਰੀਆਂ ਬਾਰੇ ਠੀਕ ਹੈ ਤਾਂ ਜ਼ਿਆਦਾਤਰ ਆਪਾਂ ਨੂੰ ਪਤਾ ਹੈ ਕਿ ਨੋਵਾਕ ਜੋਕੋਵਿਚ ਟੈਨਿਸ ਦੇ ਫੇਮਸ ਖਿਡਾਰੀ ਹੈ ਨੋਵਾਕ ਜੋਕੋਵਿਚ অপਸ਼ਨ A ਇੱਥੇ ਰਾਈਟ ਆਨਸਰ ਹੈ ATP ਰੈਂਕਿੰਗ ਵਿੱਚ ਨੋਵਾਕ ਜੋਕੋਵਿਚ ਟੌਪ ਤੇ ਰਹੇ ਆ ਤੇ ਹੁਣ ਟੈਨਿਸ ਦੀ ਗੱਲ ਹੋ ਰਹੀ ਹੈ ਤੇ ਲੀਐਂਡਰ ਪੈਸ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੈਮਲੀ ਨਾਮਜਦ ਹੋਣ ਵਾਲਾ ਪਹਿਲਾ ਖਿਡਾਰੀ ਬਣਿਆ ਨੋਵਾਕ ਯੋਕੋਵਿਚ ਨੇ ਯੂਐਸ ਓਪਨ ਪੁਰੇ ਸਿੰਗਲਸ ਦਾ ਖਿਤਾਬ ਜਿੱਤੇ ਆ ਈਗਾ ਸੁਵਿਟੈਕ ਨੇ ਵਾਰਸਾ ਵਿੱਚ ਡਬਲਯੂਟੀਏ ਖਿਤਾਬ ਜਿੱਤੇ ਆ ਕਾਰਲੋਸ ਅਲਕਰਾਜ਼ਨ ਨੇ ਬਿਬਲੰਦਨ 2023 ਪੁਰੇ ਸਿੰਗਲਸ ਦਾ ਖਿਤਾਬ ਜਿੱਤੇ ਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਦਾਬੋਸ ਵਿੱਚ ਵਿਸ਼ਵ ਆਰਥਿਕ ਫੋਰਮ ਵਿੱਚ ਕਿਸ ਰਾਜ ਦੀ ਟੀਮ ਭਾਗ ਲਵੇਗੀ ਹਾਂਜੀ ਦਾਬੋਸ ਦਾਬੋਸ ਵਿੱਚ ਵਿਸ਼ਵ ਆਰਥਿਕ ਫੋਰਮ ਵਿੱਚ ਰੀਸੈਂਟਲੀ ਜੋ ਟੀਮ ਭਾਗ ਲੈਣ ਜਾ ਰਹੀ ਆ ਉਹ ਹੈਗੀ ਆ ਉੱਤਰ ਪ੍ਰਦੇਸ਼ ਦੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਉੱਤਰ ਪ੍ਰਦੇਸ਼ ਦੀ ਟੀਮ ਭਾਗ ਲਵੇਗੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਿਤਤਾ ਗੌਮਤੀ ਨਦੀ ਦੇ ਕਿਨਾਰੇ ਸਿਤਤਾ ਇੱਥੋਂ ਦੇ ਚੀਫ ਮਿਨਿਸਟਰ ਯੋਗੀ ਆਦਿੱਤਿਆ ਨਾਥ ਅਤੇ ਗਵਰਨਰ ਆ ਅਨੰਦੀ ਬੇਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਹੈ ਚੀਤਿਆਂ ਲਈ ਫੇਮਸ ਹੈ ਇੱਥੋਂ ਦੇ ਫੇਮਸ ਲੋਕ ਨਾਚਾ ਚੋਰਾ ਨਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਹੈ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸੀਲੈਂਸ ਦੀ ਕੋਸ਼ਿਸ਼ ਨਾ ਕੀਤੀ ਉੱਤਰ ਪ੍ਰਦੇਸ਼ ਦੀ ਸੀਐਸਜੀਐਮ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ ਏ ਪਲੱਸ ਪਲੱਸ ਗ੍ਰੇਡਿੰਗ ਪ੍ਰਾਪਤ ਕੀਤੀ ਉੱਤਰ ਪ੍ਰਦੇਸ਼ ਸਰਕਾਰ ਨੇ ਆਂਗਣਵਾੜੀ ਕੇਂਦਰਾ ਵਿੱਚ ਗਰਮ ਪਕਾਇਆ ਭੋਜਨ ਯੋਜਨਾ ਸ਼ੁਰੂ ਕੀਤੀ ਉੱਤਰ ਪ੍ਰਦੇਸ਼ ਦਾ ਬੁੰਦੇਲਖੰਡ ਐਕਸਪ੍ਰੈਸ ਵੀ ਪਹਿਲਾ ਸੂਲਰ ਐਕਸਪ੍ਰੈਸ ਵੀ ਬਣਿਆ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੇਫ ਸਿਟੀ ਪ੍ਰੋਜੈਕਟ ਸ਼ੁਰੂ ਕੀਤਾ ਨੈਕਸਟ ਕੁਐਸ਼ਚਨ ਮਿਜ਼ੋਰਮ ਦੇ ਨਵੇਂ ਮੁੱਖ ਮੰਤਰੀ ਵਜੋਂ ਹਾਲ ਹੀ ਵਿੱਚ ਕਿਸ ਨੇ ਸੌ ਚੁੱਕੀ ਮਿਜ਼ੋਰਮ ਦੇ ਨਵੇਂ ਮੁੱਖ ਮੰਤਰੀ ਬਣੇ ਆ ਕੌਣ ਬਣੇ ਆ ਮਿਜ਼ੋਰਮ ਦੇ ਨਵੇਂ ਮੁੱਖ ਮੰਤਰੀ ਬਣੇ ਆ ਜੀ ਲਾਲਦੂ ਹੋਮਾ ਆਪਸ਼ਨ ਨੰਬਰ ਸੀ ਥੇ ਰਾਈਟ ਆਨਸਰ ਹੈ ਲਾਲਦੂ ਹੋਮਾ ਦੇ ਨਵੇਂ ਮੁੱਖ ਮੰਤਰੀ ਬਣੇ ਆ ਤੇ ਜਲਦੀ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਪਹਿਲਾਂ ਮਿਜ਼ੋਰਮ ਦੇ ਮੁੱਖ ਮੰਤਰੀ ਕੌਣ ਸੀ ਇੰਨਾ ਤੋਂ ਪਹਿਲਾਂ ਮਿਜ਼ੋਰਮ ਦੇ ਮੁੱਖ ਮੰਤਰੀ ਕੌਣ ਸੀਗੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਹੁਣ ਮਿਜ਼ੋਰਮ ਦੀ ਗੱਲ ਹੋ ਰਹੀ ਹੈ ਤਾਂ ਮਿਜ਼ੋਰਮ ਦੀ ਕੈਪੀਟਲ ਆ ਆਇਜ਼ੋਲ ਇੱਥੋਂ ਦੇ ਚੀਫ ਮਿਨਿਸਟਰ ਜਿਹੜੇ ਪਹਿਲਾਂ ਸੀ ਉਹ ਸੀ ਜੋਰਾਮ ਥੰਗਾ ਤੇ ਹੁਣ ਉਹਨਾਂ ਦੀ ਜਗ੍ਹਾ ਲਈਆ ਲਾਲਦੂ ਹੋਮਾ ਨੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਲਾਲ ਦੂ ਹੋਮਾ ਠੀਕ ਹੈ ਤੇ ਗਵਰਨਰ ਹੈ ਇਥੋਂ ਦੇ ਡਾਕਟਰ ਹਰੀ ਬਾਬੂ ਕੰਪਤੀ ਮਿਜ਼ੋਰਮ ਦਾ ਸਥਾਪਨਾ ਦਿਵਸ ਹਰੇਕ ਸਾਲ 20 ਫਰਵਰੀ ਨੂੰ ਮਨਾਇਆ ਜਾਂਦਾ ਮਿਜ਼ੋਰਮ ਦੇ ਵਿੱਚ ਫਾਂਗਪੂਈ ਨੈਸ਼ਨਲ ਪਾਰਕ ਆ ਮੂਰਲੈਂਡ ਨੈਸ਼ਨਲ ਪਾਰਕ ਆ ਦੰਫਾ ਸੈਂਚੂਰੀ ਆ ਨੈਕਸਟ ਕੁਐਸਚਨ ਆ ਹਾਲ ਹੀ ਵਿੱਚ ਜਾਰੀ ਗਲੋਬਲ ਪ੍ਰਦੂਸ਼ਣ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਗਲੋਬਲ ਪ੍ਰਦੂਸ਼ਣ ਰੈਂਕਿੰਗ ਫਿਰ ਤੋਂ ਜਾਰੀ ਕੀਤੀ ਗਈ ਆ ਇਸ ਵਿੱਚ ਟੌਪ ਤੇ ਰਿਹਾ ਲਾਹੌਰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿ ਨੇ ਹਾਲ ਹੀ ਵਿੱਚ ਸੰਵੇਦ ਆਫ ਨਿਊ ਇੰਡੀਆ ਕਿਤਾਬ ਰਿਲੀਜ਼ ਕੀਤੀ ਵੈਰੀ ਵੈਰੀ ਇੰਪੋਰਟੈਂਟ ਸੰਵੇਦ ਆਫ ਨਿਊ ਇੰਡੀਆ ਕਿਤਾਬ ਇਹ ਜਿਹੜੀ ਬੁੱਕ ਆ ਨਾ ਇਹ ਸਾਡੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਨੇ ਰਿਲੀਜ਼ ਕੀਤੀ ਹੈ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਭਾਰਤੀ ਸੰਵਿਧਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਇੱਕ ਭਾਸ਼ਣ ਦਾ ਸੰਕਲਪ ਆ ਇਸ ਬੁੱਕ ਦੇ ਵਿੱਚ ਠੀਕ ਹੈ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਰਕੇਸ਼ ਪਾਠਕ ਦੁਆਰਾ ਲਿਖੀ ਗਈ ਬੁੱਕ ਆ ਸਿੰਧੀਆ ਐਂਡ 1857 ਰਿਲੀਜ਼ ਕੀਤੀ ਗਈ ਮਨੋਜ ਸਿਨਹਾ ਨੇ ਬਾਰੀਅਨ ਔਨ ਵੀਲਸ ਵੀਲਚੇਅਰ ਟੂ ਪਦਮ ਸਿਰੀ ਪੁਸਤਕ ਰਿਲੀਜ਼ ਕੀਤੀ ਅਸ਼ੋਕ ਟੰਡਨ ਦੁਆਰਾ ਲਿਖੀ ਗਈ ਕਿਤਾਬ ਆ ਰਿਵਰਸ ਸਵਿੰਗ ਲਾਂਚ ਕੀਤੀ ਗਈ ਵਿਵੇਕ ਅਗਣੀ ਹੋਤਰੀ ਨੇ ਆਪਣੀ ਨਵੀਂ ਕਿਤਾਬ ਦੀ ਬੁੱਕ ਆਫ ਲਾਈਫ ਉਹ ਦੀ ਬੁੱਕ ਆਫ ਲਾਈਫ ਮਾਈ ਡਾਂਸ ਵਿਦ ਬੁੱਧਾ ਫਾਰ ਸਕਸੈਸ ਲਾਂਚ ਕੀਤੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਸੀ ਆਈ CII ਜਾਨੀ ਕਿ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਨੇ ਅਨੁਮਾਨ ਲਗਾਇਆ ਕਿ ਬਿੱਤੇ ਸਾਲ 2023-24 ਵਿੱਚ ਭਾਰਤ ਦੀ ਜੀਡੀਪੀ ਕਿੰਨੇ ਪ੍ਰਤੀਸ਼ਤ ਹੋਵੇਗੀ ਹਾਂਜੀ ਭਾਰਤ ਦੀ ਜੀਡੀਪੀ ਦਰ ਬਿੱਤੇ ਸਾਲ 2023-24 CII ਦੇ ਅਕੋਰਡਿੰਗ 6.8% ਹੋਵੇਗੀ ਆਪਸ਼ਨ C ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ